ਕਿੱਧਰ ਫਿਰ ਜਾਂਦੀ ਅੱਜ ਦੁਪਹਿਰੇ ਦੁਪਹਿਰੇ? ਉਹ ਤਾਂ ਕਹਿਲਾ ਕਹਿੰਦਾ ਸੀ ਵੀ ਅੱਜ ਚਾਚੇ ਨਾਲ ਜਾ ਕੇ ਨਾਲੇ ਤਾਂ ਹਰਾ ਵੜਿਆ ਹੀ ਨਾਲੇ ਆਪਦਾ ਲੈ ਆਈ। ਉਹ ਹਰਾ ਤਾਂ ਮੈਂ ਆਪ ਹੀ ਵੱਢ ਲਿਆ। ਚੱਲ ਤੂੰ ਐ ਕਰੀ ਇਹਦੇ ਚੋਂ ਹੀ ਲੈ ਜੀ ਹਰਾ। ਹੋਰ ਦੱਸ ਨਵੇਂ ਘਰ 'ਚ ਵਧੀਆ ਆਉਂਦੀ ਹੈ ਨੀਂਦ? ਹੋਰ ਵਧੀਆ ਸਭ। ਅੱਛਾ ਫਿਰ ਤੂੰ ਇਹਨੂੰ ਉਰੇ ਰੱਖ ਦੇ। ਅੱਜ ਆਪਾਂ ਆਪਣਾ ਜ਼ਰੂਰੀ ਕੰਮ ਨਿਬੇੜ ਦੇਨੇ ਆ। ਆ ਕਿੱਥੇ ਲੈ ਜਾਂਦੇ ਹੋ? ਉਹ ਤੂੰ ਰੁਕ, ਆਹੀ ਤਾਂ ਤੈਨੂੰ ਪਤਾ ਨਹੀਂ, ਡੂੰਗੇ ਰਾਜ ਨੇ ਇਹ। ਆ ਜਾ ਤੂੰ ਬਸ। मैंने एक गल करनी सी थोड़े नाल। की करनी थी? देखो हुण मैं ना घरे काम कर करके वेली हो जानी आ, घरे टाइम पास करना औखा है। अच्छा फिर तुसी नाल ले जा करो, थोड़ी काम कर च मदद कर दिया करूं। तू ओथे की करेंगी? तेरा की काम ओथे? फिर भी घरे वेली ही रहनी आ। चल फिर ऐ कर, ओथे फिर नरमे वास्ते पुछदे रहेंगे चाचे होरी होर बंदे भी, तू भी बग चलिया कर फिर नाल, नाले 2 रुपये बढ़ जाएंगे कि नहीं? हाँ ठीक है, मैं भी करा दे। चल ऐ कर ले, फिर तू बग चली नाल ही चली फिर अज मेरी। ठीक है? ठीक हाँ ले चलदा मैं भी राजा, तू नाल ही चल। थक जांदा हुंदा ला गेट नूं कहना। चल चल दे आपां फिर। आ जा। ਉਹ ਕੈਲਾ ਲੇਟ ਹੋ ਗਿਆ, ਟਾਈਮ ਨਾਲ ਆ ਜਾ ਘਰ। ਉਹ ਲੇਟ ਦਾ ਚਾਚਾ ਘਰੇ ਕੰਮਾਂ 'ਚ ਹੋ ਗਿਆ ਲੇਟ, ਜਵਾਕ ਥੋੜ੍ਹੇ ਜਿਹਾ। ਅੱਜ ਜਵਾਕਾਂ ਨੂੰ ਕਿਵੇਂ ਲੈ ਆਇਆ ਨਾਲ? ਉਹ ਨਾਲ ਦਾ ਚਾਚਾ ਮਤਲਬ ਆਪਣਾ ਨਰਮਾ ਹੋ ਰਿਹਾ ਚੁਗਣ ਨਾਲੇ ਤਾਂ, ਨਾਲੇ 2 ਰੁਪਏ ਵੱਧ ਜਾਣਗੇ। ਚਾਚਾ ਹੋ ਗਿਆ ਪਤੰਦਰਾ ਤੂੰ, ਉਹ ਕਾਹਨੂੰ ਚਾਚਾ, ਫਿਰ ਘਰ ਨੂੰ ਸਾਰਾ ਕੁਝ ਕਰਨਾ ਪੈਂਦਾ ਇੰਨਾ ਕਦਾ। ਚੱਲ ਭਾਈ ਬੰਨ ਲੈ ਝੋਲੀ ਚਾਲੀ ਜਾ ਕੇ ਅੰਦਰ। ਹਾਂ ਚੱਕ ਲੈ ਜਾ ਕੇ ਤੂੰ। ਐਂ ਕਰ ਕਹਿ ਲਿਆ। ਹਾਂ ਚਾਚਾ। ਚਾਹ ਬਣਾ ਫਿਰ ਕੰਡੇ ਵਾਲੀ। ਚਾਹ ਤਾਂ ਚਾਚਾ ਬਣਾ ਲੂੰਗਾ, ਇੱਕ ਕੰਮ ਦਾ ਕਰ ਛੁੱਟਿਆ। ਹਾਂ ਕਾਰਡ ਲਵਾ ਦੇ। ਉਹ ਕਾਰਡ ਤਾਂ ਮੈਂ ਕਦੀ ਭੁੱਲਿਆ ਆ, ਸਮਾਨ ਤਾਂ ਸਾਰਾ ਘਰੇ ਰਹਿ ਗਿਆ। ਸਾਰੀ ਪੱਟੀ ਮੇਸੇ ਕਰਤੀ ਤਾਂ ਜਾ ਲਿਆ ਭੱਜ ਕੇ ਸ਼ਰਾ ਚੱਕ ਕੇ। ਇੱਕ ਅੱਧਾ ਤਾਂ ਕਰਦੇ ਜਾਣ ਜੋਗਾ ਹੋ ਬੜਾ ਮੋਟਾ। ਨਾ ਕੁਛ ਨਹੀਂ ਹੈਗਾ, ਭੱਜ ਕੇ ਲਿਆ ਕਰਾਂ ਜਾ ਕੇ ਚੱਕ। ਚਾਚਾ ਚੰਗੀ ਨਹੀਂ ਕਰੀ ਅੱਜ ਤੇ, ਲਿਆ ਚੱਕ ਕੇ ਕਰ ਗਿਆ। ਚੱਲ ਜਾਂਦਾ ਚਾਚਾ ਫਿਰ, ਮੈਂ ਛੇਤੀ ਬਣਾਈ ਫਿਰ ਚਾਹ ਕੇ ਕਰਾਂ। ਆ ਗਿਆ ਮੈਂ। ਉਹ ਆ ਕੀ ਲੱਗੇ ਕਰਨੀ ਜੀ? ਚੋਲੀ ਤਾਂ ਮੈਨੂੰ ਲੱਗਦੀ ਨਹੀਂ, ਮੈਂ ਤਾਂ ਸਬਜ਼ੀ ਦੇ। ਉਹ ਤੂੰ ਛੱਡ ਚੋਲੀ ਚਾਲੀ ਨੂੰ, ਮੇਰੇ ਹੁੰਦੇ ਤੈਨੂੰ ਕੀ ਲੋੜ ਹੈ ਕੰਮ ਕਰਨ ਦੀ? ਆ ਜਾ ਤੂੰ ਇੱਧਰ ਆ ਤੂੰ। ਉਹ ਤੂੰ ਆ ਤਾਂ ਸਹੀ, ਉਹ ਟੈਨਸ਼ਨ। कर ले की करेंगी, मैं नहीं लवांदा ना, कर ले की करेंगी। लो आ गया कैला, हुण वेख तू की हुंदा तेरे नाल। मेरी गल सुन, गल की सुना चाचा?
ਮੈਂ ਤੈਨੂੰ ਪਿਓ ਸਮਝਦਾ ਸੀ ਚਾਚਾ, ਤੂੰ ਸ਼ਰਮ ਤਾਂ ਦੀ ਜਮੀਨ ਸੁਣ ਲੈ, ਤੂੰ ਤਾਂ ਉਹ ਯਾਰ ਜਨਾਨੀ ਮਗਰ ਲੱਗੀ ਜਾਂਦੇ ਜਨਾਨੀ ਮਗਰ ਕਬਾ ਕਰ ਤੂੰ ਕਹੀ ਕਰਦਾ ਤੂੰ ਦੇਖ ਲੈ ਮੇਰੀ ਗੱਲ ਤਾਂ ਸੁਣ ਲੈ ਭਤੀ ਜਾ ਹਾਂ ਦੱਸ ਕੀ ਆਪਾਂ ਬੈਠ ਕੇ ਨਹੀਂ ਮੇਰੀ ਤੂੰ ਚੱਤੀ ਜਾ ਤੂੰ ਸ਼ਰਮ ਨਹੀਂ ਆਉਂਦੀ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਮੇਰੀ ਗੱਲ ਤਾਂ ਸੁਣ ਲੈ ਤੂੰ ਚੱਲ ਚਾਚਾ ਯਾਰ ਐਨ ਲੋਟਾਂ ਦਾ ਕੰਮ ਫਿਰ ਵੀ ਮਗਰ ਕਿਉਂ ਲਿਆ ਸਰਪੰਚ ਨੂੰ ਲਿਆ ਬੁਲਾ ਕੇ ਚੱਲ ਨੂੰ ਸਾਨੂੰ ਬੰਦਾ ਪਹਿਲਾਂ ਬਾਹਰ ਫਿਰ ਲੈ ਮੋਟਰ ਪੰਚ ਤੂੰ ਬਾਹਰ ਚੱਲ ਯਾਰ ਕੰਮ ਬੇਇੱਜ਼ਤੀ ਕਰਾਂਦੇ ਮੇਰੀ ਬਾਹਰ ਚੱਲ ਯਾਰ ਅਰੀ ਚ ਸੁਣ ਲੈ ਮੇਰੀ ਗੱਲ ਨਹੀਂ ਯਾਰ ਸੁਣ ਇੱਧਰ ਆ ਮੇਰੇ ਕੋਲ ਤੈਨੂੰ ਮੈਂ ਦੱਸ ਦਾਂ ਹਣ ਸਲਿਆ ਜਾ ਕੇ ਕਰ ਇਹਨੂੰ ਬੰਦੇ ਆ ਐਨ ਲੋਟਾਂ ਦਾ ਜੀ ਮੰਨ ਲੈ ਮੇਰੀ ਗੱਲ ਤੂੰ ਬਹਿ ਜਾ ਮੈਂ ਜਮੀ ਸ਼ਰਮਲਾ ਦੀ ਹੈ ਮੈਂ ਤੇਰੇ ਨਾਲ ਕਿੰਨਾ ਚਾਚਾ ਵੀ ਪਿਓ ਆਵਾਂਗੂ ਸਮਝਦਾ ਸੀ ਤੇ ਜਮੀ ਬੇਇੱਜ਼ਤੀ ਕਰਤੀ ਜਾ ਕੇ ਮੇਰੇ ਘਰੇ ਇੱਜ਼ਤ ਖਰਾਬ ਕਰਤੀ ਮੈਂ ਤਾਂ ਧੋਖੇ ਨਾਲ ਬੁਲਾ ਲਿਆ ਭਤੀਜਾ ਜਾਣਦਾ ਮੈਂ ਤੈਨੂੰ ਧੋਖੇ ਨੇ ਤਰੀਕ ਕਰਤੂਤਾਂ ਨੂੰ ਮੈਨੂੰ ਦੱਸਿਆ ਸੀ ਕਈ ਬੰਦਿਆਂ ਨੇ ਪਰ ਮੈਂ ਇਹ ਨਹੀਂ ਕਹੂੰ ਤੇਰੀ ਮਾਂ ਚਾਚਾ ਦਾ ਮੇਰਾ ਬਾਹਲਾ ਚੰਗਾ ਹੈ ਉਹ ਇੱਜ਼ਤ ਬਹੁਤ ਹੈ ਪਿੰਡ 'ਚ ਭਤੀਜੇ ਸਾਰੀ ਰੁਲ ਦੇਖ ਲਈ ਚਾਚਾ ਤੇਰੀ ਇੱਜ਼ਤ ਆ ਤੂੰ ਸ਼ਰਮ ਲਾ ਦੀ ਜਮੀ ਦੇਖ ਲਈ ਬੈਠ ਹੁਣੇ ਮੈਂ ਲੈ ਕੇ ਆਇਆ ਸਰਪੰਚ ਨੂੰ ਤੇਰਾ ਮੈਂ ਕੱਢੂ ਪੰਚਾਇਤ ਜਲੂਸ ਬੈਠ ਹੁਣੇ ਉਹ ਭਤੀਜ ਮੰਨ ਲੈ ਉਹ ਤੂੰ ਬੈਠ ਕੋਈ ਨਾ ਆ ਗਿਆ ਮੈਂ ਉਹ ਪੁਰਾਣੀ ਸਾਂਝ ਹੈ ਆਪਣੀ ਕਿਉਂ ਆ ਰਿਹਾ ਹੁਣ ਸਵਾਦ ਜੇ ਪਹਿਲਾਂ ਹੀ ਗੱਲ ਮੰਨ ਲੈਂਦਾ ਫਾਇਦੇ 'ਚ ਨਾ ਰਹਿੰਦਾ ਹੁਣ ਨਾਲੇ ਇੱਜ਼ਤ ਵੀ ਗਈ ਤੇ ਜ਼ਮੀਨ ਵੀ ਜਾਊਗੀ ਨਾਲੇ ਜੇਲ੍ਹ ਦੀ ਹਵਾ ਖਾਈ ਉਹ ਕਦੇ ਬੁਲਾ ਕੇ ਯਾਰ ਮਰਵਾ ਤਾਰਨ ਨੇ ਅੱਜ ਤੱਕ ਸੁਣੀ ਸੀ ਵੀ 365 ਚਲਿੱਤਰ ਹੁੰਦੇ ਨੇ ਨਾਲ ਦੇ ਅੱਜ ਯਕੀਨ ਹੋ ਗਿਆ ਪੂਰਾ ਜੇ ਹੁਣ ਪਤਾ ਲੱਗ ਹੀ ਗਿਆ ਨਾ ਫਿਰ ਭੁਗਤ ਆ ਦੇਖੋ ਸਰਪੰਚ ਸਾਹਿਬ ਆ ਬੈਠੇ ਜੀ ਦਿਨ ਦਿਹਾੜੇ ਘਰੇ ਵੜ ਗਏ ਸਾਡੇ ਇਹ ਤਾਂ ਬਹੁਤ ਕੁੱਤਾ ਬੰਦਾ ਹੈ ਅੱਜ ਹੈ ਡਿੱਕੇ ਇਹ ਬਥੇਰਾ ਇਹਨੇ ਸਾਰੇ ਪਿੰਡ ਨੂੰ ਤੰਗ ਕਰ ਲਿਆ ਮੈਨੂੰ ਤਾਂ ਪਤਾ ਹੀ ਨਹੀਂ ਸਰਪੰਚ ਸਾਹਿਬ ਇਹਦੇ ਬਾਰੇ ਮੈਨੂੰ ਤਾਂ ਹੁਣ ਪਤਾ ਲੱਗੇ ਵੀ ਇਹ ਜਿਹਾ ਘਟੀਆ ਬੰਦਾ ਇਹ ਤਾਂ ਬਹੁਤ ਸਿਰੇ ਦਾ ਘਟੀਆ ਬੰਦਾ ਇਹ ਸਰਪੰਚ ਸਾਹਿਬ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਇਹਨੂੰ ਇਹੋ ਜਿਹੀ ਸਜ਼ਾ ਦਵਾਊਂਗਾ ਨਾ ਪਿੰਡ ਦੇ ਸਾਰੇ ਲੋਕ ਖੜ ਖੜ ਕੇ ਦੇਖਣਗੇ ਅੱਗੇ ਤੋਂ ਵੀ ਇਹੋ ਜਿਹਾ ਕੰਮ ਕਰਨ ਤੋਂ ਇਹ ਤਾਂ ਬਹੁਤ ਕੁੱਤਾ ਬੰਦਾ ਇਹਨੇ ਤਾਂ ਆਪਦੀ ਭਤੀਜੀ ਨੂੰ ਨਹੀਂ ਬਖਸਿਆ ਹੈਗਾ ਇਹਨੂੰ ਤਾਂ ਮੈਂ ਇਹੋ ਜਿਹੀ ਸਜ਼ਾ ਦਵਾਊਂਗਾ ਸਾਰੇ ਦੇਖੀ ਖੜ ਖੜ ਕੇ ਦੇਖਣਗੇ ਇਹਦੇ ਕਣੀ ਚੱਲ ਕਹਿਲੇ ਖੋਲੇ ਨੂੰ ਪਿੰਡ ਦੇ ਵਿਚਾਲੇ ਜਾ ਕੇ ਇਹਨੂੰ ਉੱਥੇ ਸਜ਼ਾ ਦੇਣੀ ਹੈਗੀ ਪਿੰਡ ਵਾਲੇ ਲੋਕ ਵੀ ਖੜ ਖੜ ਕੇ ਦੇਖਣ ਵੀ ਇਹੋ ਜਿਹਾ ਕੰਮ ਕਰਨ ਦੀ ਕੀ ਸਜ਼ਾ ਹੁੰਦੀ ਹੈ ਅਤੇ ਮੁੜ ਕੇ ਇਹੋ ਜਿਹਾ ਕੁੱਤਾ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਠੀਕ ਹੈ ਸਰਪੰਚ ਸਾਹਿਬ ਲਿਆਓ ਚੱਲ ਓਏ ਹੋ ਖੜਾ ਬੈਠਾ ਹੈ ਕੀ ਗੱਲ ਸਹੁਰੇ ਹੈ ਹੋ ਖੜਾ ਚੱਲ ਜੇ ਮਾੜਾ ਕੰਮ ਕਰਾਂਗੇ ਉਹਦੇ ਨਤੀਜੇ ਮਾੜੇ ਹੁੰਦੇ ਆ ਭੁਗਤ ਹੁਣ